ਸਾਰੇ ਬਾਈਆਂ ਨੂੰ ਸਤਿ ਸ਼੍ਰੀ ਅਕਾਲ, ਰਾਮ ਰਾਮ। ਸੋ ਬਾਈ ਜੀ, ਮੈਂ ਤੁਹਾਡਾ ਆਪਣਾ ਦੇਬੂ ਫੋਰਮੈਨ। ਸੋ 2004 ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਸੋ ਬਾਈ ਜੀ, ਪਹਿਲਾਂ ਵੀ ਬਹੁਤ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ, ਔਰ ਲੋਕਾਂ ਨੂੰ ਮਤਲਬ ਯੂਟਿਊਬ 'ਤੇ ਆਪਾਂ ਵੀਡੀਓ ਜਿਹੜੀ ਪਾ ਰਹੇ ਹਾਂ। ਸੋ ਉਹਦਾ ਮਕਸਦ ਇਹੀ ਹੈ ਵੀ ਬਾਈਆਂ ਦੇ ਕੰਮ ਬਣਨ, ਔਰ ਬਾਈ ਜਲਦੀ ਮੁਸੀਬਤ ਤੋਂ ਛੁਟਕਾਰਾ ਪਾ ਕੇ ਔਰ ਆਪਣਾ ਬਾਈ ਜੀ ਕੰਮ ਚਲਾ ਸਕਣ। ਹੁਣ ਸਮਝਣ ਵਾਲੀ ਗੱਲ ਹੈ, ਔਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜੀ, ਔਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਬਣੀ ਹੈ। ਔਰ ਸਾਰੇ ਬਾਈਆਂ ਨੂੰ ਗੁਜ਼ਾਰਿਸ਼ ਹੈ ਕਿ ਆਪਣਾ ਚੈਨਲ ਜਿਹੜਾ ਯੂਟਿਊਬ 'ਤੇ ਸਾਰੇ ਬਾਈ ਜਾ ਕੇ ਸਬਸਕ੍ਰਾਈਬ ਕਰੋ, ਔਰ ਜੇ ਸਾਡੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਓ, ਕਿਉਂਕਿ ਜਿਹੜੀ ਛੋਟੀ ਮੋਟੀ ਜਾਣਕਾਰੀ ਉਹ ਅਸੀਂ ਮਤਲਬ ਹਾਸੀ ਮਜ਼ਾਕ ਤੌਰ 'ਤੇ ਲਾ ਲਓ ਜਾਂ ਛੋਟੀ ਮੋਟੀ ਜਾਣਕਾਰੀ ਲਾ ਲਓ। ਸੋ ਬਾਈ ਜੀ, ਆਪਾਂ ਉਹ ਫੇਸਬੁੱਕ 'ਤੇ ਪਾ ਦਿੰਦੇ ਹਾਂ। ਸੋ ਹੁਣ ਆਪਾਂ ਜਿਹੜੀ ਇਹ ਜਾਣਕਾਰੀ ਤੁਹਾਨੂੰ ਦੱਸਣ ਲੱਗੇ ਹਾਂ, ਔਰ ਅੱਗੇ ਵੀ ਆਪਾਂ ਬਾਈ ਜੀ ਜਿਹੜੀ ਵੀਡੀਓ ਪਾਈਆਂ ਨੇ, ਬਹੁਤ ਵੀਡੀਓ ਪਾਈਆਂ ਨੇ, ਔਰ ਆਪਣੀ ਜਿਹੜੀ ਵੀਡੀਓ ਦੇ ਵਿੱਚ ਮਤਲਬ ਕੋਈ ਗੱਲ ਦੱਸੀ ਗਈ ਹੈ ਬਾਈਆਂ ਨੂੰ ਜਾਂ ਕੋਈ ਸਮਝਾਈ ਗਈ ਹੈ, ਉਸੇ ਦੇ ਨਾਲ ਹੀ ਬਿਲਕੁਲ ਕੰਮ ਬਣੇਗਾ। ਸੋ ਹੁਣ ਜਿਹੜੀ ਮੈਂ ਫੇਸਬੁੱਕ 'ਤੇ ਬੈਠੇ ਬੈਠੇ ਆਪਾਂ ਦੇਖਦੇ ਰਹਿੰਦੇ ਹਾਂ ਵੀ ਆਏ ਵਾਰ ਮਤਲਬ ਯਾਰ 3-4 ਬੰਦੇ ਤਾਂ ਫੇਸਬੁੱਕ 'ਤੇ ਰੋਜ਼ ਦੇਖੋ ਤੁਸੀਂ, ਰੋਂਦੇ ਹੀ ਮਿਲਣਗੇ। ਕੋਈ ਕਈ ਜਾ ਰਿਹਾ ਕਰਤਾਰ ਵਾਲਿਆਂ ਨੂੰ, ਕੋਈ ਕਈ ਜਾ ਰਿਹਾ ਵਿਸ਼ਾਲ ਵਾਲਿਆਂ ਨੂੰ, ਕੋਈ ਕਪ੍ਰੀਤ ਵਾਲਿਆਂ ਨੂੰ, ਮਤਲਬ ਸਾਰਿਆਂ ਨੂੰ ਕਈ ਜਾ ਰਹੇ ਨੇ ਨਾ। ਸੋ ਬਾਈ ਜੀ, ਅੱਜ ਮੈਂ ਇੱਕ ਇਹਨਾਂ ਨੂੰ ਗੱਲ ਕਹਿ ਦੇਵਾਂ ਵੀ ਦੇਖੋ ਬਾਈ ਜੀ, ਕਹਿੰਦਾ ਇੱਕ ਬੰਦਾ ਮਾੜਾ ਹੋਵੇ ਨਾ ਉਹ ਸਾਰੇ ਪਿੰਡ ਨੂੰ ਲੈ ਡੁੱਬਦਾ ਹੈ। ਸੋ ਜਿਵੇਂ ਮਤਲਬ ਇਹ ਮਸ਼ੀਨਾਂ ਤੁਸੀਂ ਦੇਖ ਰਹੇ ਹੋ, ਚਾਹੇ ਪੁੰਨੀ ਵਾਲਿਆਂ ਦੀ ਹੈ, ਚਾਹੇ ਕੋਈ ਕਰਤਾਰ ਵਾਲਿਆਂ ਦੀ, ਕੋਈ ਕਿਸੇ ਕੰਪਨੀ ਦੀ ਵੀ ਹੈ, ਦੇਖੋ ਪਹਿਲਾਂ ਵੀ ਇਹ ਮਸ਼ੀਨਾਂ ਚੱਲਦੀਆਂ ਨੇ, ਔਰ ਤੁਸੀਂ ਆਪ ਦੇਖਿਆ ਹੋਣੀਆਂ ਨੇ 98-98 ਮਾਡਲ ਲੋਕ ਮਸ਼ੀਨਾਂ ਲਈ ਫਿਰਦੇ ਨੇ। ਉਹਨਾਂ ਦੇ ਜਿਹੜਾ ਇੰਜਨ ਹੈ ਉਹ ਬਿਲਕੁਲ ਸ਼ੋਕਾ ਲੇਲੈਂਡ ਦਾ ਸਾਦਾ ਇੰਜਨ ਹੈ, ਮਤਲਬ ਕੋਈ ਜ਼ਿਆਦਾ ਝੰਡਤ ਨਹੀਂ, ਕੋਈ ਹਵਾ ਕਢਾਤੀ, ਕੋਈ ਫਿਲਟਰ ਬਦਲਤੇ, ਉਹਦਾ ਤੇਲ ਬਦਲਤਾ, ਮਤਲਬ ਆਹ ਵੀ ਜਿਹੜੇ ਫੋਰਮੈਨ ਬਾਈ ਨੇ ਉਹ ਖਿਰ ਦੇ ਵਿੱਚ ਹੀ ਕੰਮ ਕਰਕੇ ਆਪਣਾ ਕੰਮ ਚਲਾ ਲੈਂਦੇ ਨੇ, ਇੰਨੀ ਦਿੱਕਤ ਆਉਂਦੀ ਨਹੀਂ। ਹੁਣ ਜਿਹੜਾ ਮਤਲਬ ਇਹ ਨਵਾਂ ਇੰਜਨ ਚੱਲਿਆ ਹੈ BS4, ਸੋ ਬਾਈ ਜੀ ਇਹਦੇ ਨਾਲੋਂ ਥੋੜ੍ਹਾ ਲਾ ਲੀਨੋ ਜਿਹੜਾ ਸਾਦਾ ਇੰਜਨ ਹੈ, ਜਿਵੇਂ ਮੰਨ ਲਾ ਹੈ ਪੁੰਨੀ ਕੰਬਾਈਨ 'ਤੇ ਰੱਖਿਆ ਹੋਇਆ ਹੈ ਬਾਈਆਂ ਨੇ, ਔਰ ਇਹਦੀ ਜਿਹੜੀ ਆਪਾਂ ਸੈਟਿੰਗ ਕੀਤੀ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ, ਔਰ ਤਕਰੀਬਨ BS4 ਤੋਂ ਮਤਲਬ ਇਹ ਥੋੜ੍ਹਾ ਸਹੀ ਲੱਗਿਆ ਹੈ, ਇਹਦੀ ਥੋੜ੍ਹੀ ਸੈਟਿੰਗ ਤੁਹਾਨੂੰ ਦੱਸ ਦਿੰਦੇ ਹੁਣੇ, ਔਰ ਇੱਦਾਂ ਦੀ ਤੁਸੀਂ ਸੈਟਿੰਗ ਕਰ ਲਿਓ ਬਿਲਕੁਲ ਨਜ਼ਾਰੇ ਲਓਗੇ, ਤੁਸੀਂ ਵੀ ਕਹੋਗੇ ਵੀ ਵਾਕਿਆ ਬਾਈ ਨੇ ਨਜ਼ਾਰੇ ਬੰਨਦੇ ਨੇ, ਵੀ ਇੱਦਾਂ ਦੀ ਸੈਟਿੰਗ ਦੱਸੀ। ਜੇ ਨਾ ਫਾਇਦਾ ਹੋਵੇ ਬਾਈ ਜੀ ਜ਼ਿੰਮੇਦਾਰ ਬੈਠਾ ਹੋਇਆ, ਜੇ ਬੁੱਧੀ ਜਵਾਨ ਹੈ ਪੰਪ ਗੱਪ ਨਹੀਂ ਛੱਡਦੇ ਆਪਾਂ ਵੀ ਐਵੇਂ ਕਰ ਦਿਓ ਉਹ ਕਰ ਦਿਓ, ਬਿਲਕੁਲ ਕਦੀ ਕਦੀ ਗੱਲ ਤੁਹਾਨੂੰ ਸਮਝਾ ਰਿਹਾ, ਔਰ ਤੁਸੀਂ ਮੇਰੀ ਕਦੀ ਕਦੀ ਗੱਲ ਜਿਹੜੀ ਇੱਕ ਮਿੰਟ ਥੋੜ੍ਹੀ ਕੰਬਾਈਨ ਅੱਗੇ ਲੰਘ ਜਾਂਦੀ ਆਵਾਜ਼ ਥੋੜ੍ਹੀ ਘੱਟ ਆਉਂਦੀ ਸੁਣਜੋਗੇ ਬਾਈ ਜੀ। ਜਿਵੇਂ ਮੰਨ ਲਓ ਮੈਂ ਤੁਹਾਨੂੰ ਜਿਵੇਂ ਬਾਈ ਜੀ ਜਿਹੜੀਆਂ ਛੋਟੀਆਂ ਛੋਟੀਆਂ ਜਾਣਕਾਰੀਆਂ ਮੈਂ ਦੱਸ ਰਿਹਾ, ਇਹਦੇ ਨਾਲ ਤੁਸੀਂ ਬਿਲਕੁਲ 100% ਬਾਈ ਜੀ ਤੁਹਾਡੇ ਸਾਹਮਣੇ ਮਸ਼ੀਨ ਵੀ ਚੱਲ ਰਹੀ ਹੈ, ਚਾਹੇ ਕੋਈ ਵੀ ਹੋਵੇ। ਹੁਣ ਮੰਨ ਲਓ ਇੱਕ ਸੀਜ਼ਨ ਮੈਂ ਕਿੱਥੇ ਲਾਉਣ ਜਾਵਾਂ, ਇੱਕ ਸੀਜ਼ਨ ਦੇ ਵਿੱਚ ਬਾਈ ਜੀ ਯਕਦਮ ਅਗਲੇ ਦੀ ਖੋਲ੍ਹ ਕੇ ਸਾਰਾ ਐਵੇਂ ਆਪਣੇ ਹੱਥ ਨਾਲ ਕਰਿਆ ਨਹੀਂ ਜਾਂਦਾ। ਹੁਣ ਇਹਦੇ 'ਤੇ ਮੈਨੂੰ ਘੱਟ ਤੋਂ ਘੱਟ 5-6 ਸਾਲ ਹੋ ਚੱਲਿਆ ਹੈ ਇਹ ਪੁੰਨੀ ਕੰਬਾਈਨ 'ਤੇ, ਤੁਹਾਡੇ ਸਾਹਮਣੇ ਚੱਲ ਰਹੀ ਹੈ, ਔਰ ਦਾਣੇ ਜੋ ਵੀ ਬੱਲੀ ਉਰਾਂ ਪਰਾਂ ਨੁਕਸਾਨ ਉੱਪਰ ਨੀਚੇ ਦਾ ਸਭ ਦਾ ਜ਼ਿੰਮੇਦਾਰ ਇੱਥੇ ਬੈਠਾ ਹੁਣ ਮੈਂ ਹੈਗਾ, ਸਾਰੇ ਚੈੱਕ ਵੀ ਕਰਵਾਵਾਂਗੇ ਤੁਹਾਨੂੰ ਲਾਈਵ ਹੀ, ਔਰ ਆਪਣੇ ਜਿੰਨੇ ਵੀਡੀਓ ਆਪਾਂ ਬਣਾਉਂਦੇ ਹਾਂ ਸਾਰਿਆਂ ਨੂੰ ਲਾਈਵ ਦਿਖਾਉਂਦੇ ਹਾਂ ਔਰ ਜਾਣਕਾਰੀਆਂ ਵੀ ਪਾਉਂਦੇ ਹਾਂ ਵੀ ਲੋਕ। ਹੁਣ ਦੇਖੋ 2-3 ਬੰਦੇ ਹਰੇਕ ਫੇਸਬੁੱਕ 'ਤੇ ਤੁਸੀਂ ਦੇਖੋ ਔਰ ਉਹਦਾ ਹੀ ਮਿਲੇਗਾ ਬਾਈ ਜੀ, ਸਾ ਅਸੀਂ ਇਹ ਕੰਬਾਈਨ ਲੈ ਲਈ ਬਾਈ ਜੀ, ਕੰਬਾਈਨਾਂ ਨਹੀਂ ਮਾੜੀਆਂ, ਉਹਦੇ ਜਿਹੜੇ ਇੰਜਨ ਰੱਖੇ ਹੋਏ ਨੇ ਨਾ ਸਿਰਫ ਇਹਨਾਂ ਦੀ ਵਜ੍ਹਾ ਤੋਂ ਸਾਰੇ ਬੰਦਿਆਂ ਨੂੰ ਮਤਲਬ ਲਾਂਤਾਂ ਹੀ ਪੈ ਰਹੀਆਂ ਨੇ ਵੀ ਯਾਰ ਕਰਤਾਰ ਵਾਲਿਆਂ ਨੇ ਇਹ ਮਾੜਾ ਕਰਤਾ ਹੈ, ਵਿਸ਼ਾਲ ਵਾਲਿਆਂ ਨੇ ਇਹ ਮਾੜਾ ਕਰਤਾ ਹੈ, ਕੋਈ ਕਹੀ ਜਾ ਰਿਹਾ ਪੁੰਨੀ ਵਾਲਿਆਂ ਨੇ ਇਹ ਕਰਤਾ ਹੈ। ਨਹੀਂ ਬਾਈ ਜੀ, ਮਸ਼ੀਨਾਂ ਬਿਲਕੁਲ ਲੋਹਾ ਹੈ ਨਾ ਜਿਹੜਾ ਉਹ 1 ਨੰਬਰ ਦਾ ਹੈ, ਸਾਂਚਾ ਜਿਹੜਾ ਬਣਿਆ ਹੋਇਆ ਕੰਮ ਕਰਨ ਯੋਗ ਹੈ, ਸਿਰਫ ਇੰਜਨ ਦੀ ਵਜ੍ਹਾ ਤੋਂ ਹੀ ਲੋਕ ਪਰੇਸ਼ਾਨ ਨੇ,
ਔਰ ਕੰਪਨੀਆਂ ਦੇ ਵਿੱਚ ਦੇਖੋ ਤੁਸੀਂ ਅੱਜ ਕੱਲ੍ਹ ਦੇਖ ਸਕਦੇ ਹੋ ਵੀ ਇੰਨੇ ਯਾਰ ਕਿੰਨੇ ਕੁ ਬੰਦੇ ਰੱਖਣਗੇ, ਜਿੰਨੀਆਂ ਕੰਬਾਈਨਾਂ ਬਣਾਤੀਆਂ ਨੇ ਇੰਨੇ ਕੰਪਨੀ ਦੇ ਵਿੱਚ ਬੰਦੇ ਨਹੀਂ ਹੋਣੇ ਹਰੇਕ ਕੋਲ ਹੀ, ਚਾਹੇ ਕੋਈ ਵੀ ਕੰਪਨੀ ਵੀ ਜਿਹੜਾ ਜੋਂ ਖਰਾਬ ਹੋਈ ਹੈ ਵੀ ਮਿੰਟੋ ਮਿੰਟ ਫੋਨ ਮਾਰੋ ਬਾਈ 5 ਮਿੰਟ 'ਚ ਆ ਕੇ ਅਗਲੇ ਦੀ ਮਸ਼ੀਨ ਸੈੱਟ ਕਰਤੀ, ਇਹਦੇ ਵਿੱਚ ਇੱਕ ਇੱਕ ਘੰਟਾ ਮਸ਼ੀਨ ਖੜ ਜਾਵੇ ਤਾਂ ਬੰਦੇ ਦਾ ਮਰਨ ਹੋ ਜਾਂਦਾ, ਕਿਉਂਕਿ ਬਾਈ ਜੀ ਇਹ ਸੀਜ਼ਨ ਹੁੰਦਾ 4 ਦਿਨ ਦਾ। ਸੋ ਇਸ ਕਰਕੇ ਆਪਾਂ ਸਾਰੇ ਬਾਈਆਂ ਨੂੰ ਜਿਹੜੀ ਗੁਜ਼ਾਰਿਸ਼ ਹੈ ਵੀ ਬਾਈ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ, ਔਰ ਇੰਜਨ ਲੈਣਾ ਜਿਹੜਾ ਤੁਸੀਂ ਇਹਦੇ ਨਾਲੋਂ ਪਹੁੰਚਿਆ 1-1.5 ਲੱਖ ਰੁਪਏ ਤੁਹਾਨੂੰ ਘੱਟ ਆਈ, ਮਤਲਬ ਮਸ਼ੀਨ ਸਸਤੀ ਮਿਲ ਰਹੀ, ਔਰ ਇੰਜਨ ਧਰਾਇਆ ਤੁਸੀਂ ਅਸ਼ੋਕਾ ਲੇ ਲੈਂਡ ਵਾਲਿਆਂ ਦਾ, ਬਿਲਕੁਲ ਸਾਦਾ ਟਰੱਕ ਵਾਲਾ ਮਿਸਤਰੀ ਜਿੱਥੋਂ ਮਰਜ਼ੀ ਫੜ ਕੇ ਲੈ ਆਓ ਉੱਥੇ ਇਹ ਕੰਮ ਕਰ ਜਾਂਦਾ ਅਗਲਾ ਖੇਤ 'ਚ ਹੀ। ਅਤੇ ਜਿਹੜੇ ਦੂਜੇ BS4 ਦੇ ਨੇ ਇਹਦੇ 'ਤੇ ਬਾਈ ਕੋਈ ਕਹੀ ਜਾਂਦਾ ਹਵਾ ਕਢਾ ਕੇ ਵੀ ਦੇਖ ਲਈ, ਕੋਈ ਕਹੀ ਜਾਂਦਾ ਕੁਛ ਕਰਕੇ ਦੇਖ ਲਿਆ, ਮਤਲਬ ਇੰਨੇ ਪੈਪ ਲਾਤੇ ਜਿਵੇਂ ਹਸਪਤਾਲ 'ਚ ਬੰਦੇ ਨੂੰ ਲਾਏ ਹੁੰਦੇ ਨੇ, ਕੁਝ ਸਮਝ ਹੀ ਨਹੀਂ ਆ ਰਹੀ ਉਹਨੂੰ। ਸੋ ਇਹਦੇ ਨਾਲ ਆਪਾਂ ਨੂੰ ਬਹੁਤ ਨੁਕਸਾਨ ਹੈ, ਕਿਸਾਨਾਂ ਭਰਾਵਾਂ ਨੂੰ ਵੀ ਜਿਹੜੇ ਬਾਈਆਂ ਮਸ਼ੀਨਾਂ ਲਾਈ ਫਿਰਦੇ ਨੇ ਉਹਨਾਂ ਨੂੰ ਵੀ। ਅਤੇ ਬਾਈ ਜੀ ਮੈਂ ਤੁਹਾਨੂੰ ਅੱਜ ਇਹ ਗੁਜ਼ਾਰਿਸ਼ ਕਰ ਕਹਿ ਰਿਹਾ ਵੀ ਜ਼ਿਆਦਾ ਜਿਹੜੇ ਇੰਜਨ ਚਾਹੇ ਨਵੀਆਂ ਮਸ਼ੀਨਾਂ ਕੋਈ ਵੀ ਨੇ ਕਿਹੜੀ ਵੀ ਕੰਪਨੀ ਦੀ ਹੈ, ਸੋ ਸੈਟਿੰਗ ਤਾਂ ਉਹਦੀ ਥੋੜ੍ਹੀ 1-2 ਸੈਟਿੰਗਾਂ ਜਿਹੜੇ ਮੈਂ ਵੀਡੀਓ ਦੇ ਵਿੱਚ ਦੱਸ ਰਿਹਾ, ਜਿਨ੍ਹਾਂ ਬਾਈਆਂ ਕੋਲ ਇਹ ਲਾਲ ਇਨੋ ਬਿਲਕੁਲ ਸਾਦਾ ਇੰਜਨ ਹੈ ਉਹ ਇਹ ਸੈਟਿੰਗ ਕਰ ਲੈਣਗੇ, ਔਰ ਨਾ ਨਜ਼ਾਰਾ ਆਵੇ ਉਹਦਾ ਜ਼ਿੰਮੇਦਾਰ ਮੈਂ ਬੈਠਾ ਹੋਇਆ। ਮਸ਼ੀਨ ਤੁਹਾਡੇ ਸਾਹਮਣੇ ਚਲਦੀ ਦਿਖਾ ਦਿੰਦਾ, ਜਿਹੜੇ ਮੈਂ ਕੰਮ ਦੱਸ ਰਿਹਾ ਬਈ ਨੋਟ ਕਰ ਲਓ। ਇੱਕ ਤਾਂ ਪਹਿਲਾ ਨੰਬਰ ਉਦੋਂ ਥਰਮਲ ਵਾਲ ਜਿਹੜਾ ਉਹ ਕੱਢ ਕੇ ਉਹਦੇ 'ਚ ਲੱਕੜੀ ਵਾਲਾ ਗੁੱਲਾ ਠੋਕ ਦਿਓ ਥੱਲੇ ਵੀ ਜਿਹੜਾ ਪਾਣੀ ਹੈ ਮਤਲਬ ਸਾਫ਼ ਹੀ ਹੋ ਜਾਵੇ, ਸਿੱਧਾ ਆਉਂਦਾ ਜਾਂਦਾ ਹੀ ਡਾਇਰੈਕਟ ਹੋ ਜਾਵੇ। ਇੱਕ ਪੁਆਇੰਟ ਨੰਬਰ ਇਹ ਤੁਸੀਂ ਨੋਟ ਕਰਨਾ ਹੈ। ਦੂਸਰਾ ਨੰਬਰ ਬਾਈ ਜੀ ਜਿਹੜੀ ਇਹਦੀ ਜਾਲੀ ਹੈ, ਕੰਪਨੀ ਵਾਲੇ ਥੋੜ੍ਹੀ ਲਾ ਰਹੇ ਨੇ ਮਤਲਬ 0 ਨੰਬਰ ਦੀ ਥੋੜ੍ਹੀ ਬਰੀਕ ਜਾਲੀ ਲਾਉਂਦੇ ਨੇ, ਉਹ ਜਲਦੀ ਚੋਕ ਹੋ ਜਾਂਦੀ ਹੈ ਉਦੋਂ ਇੰਜਨ ਗਰਮ ਹੋ ਜਾਂਦਾ ਹੈ। ਸੋ ਇਹਦੇ ਵਾਸਤੇ ਤੁਸੀਂ ਜਿਹੜੀ ਜਾਲੀ ਹੈ ਮੇਰੇ ਤੋਂ ਮੈਂ ਥੋੜ੍ਹੀ ਮੋਟੀ ਲਾਤੀ ਹੈ, ਸਾਡੀ ਥੋੜ੍ਹੀ ਮਜ਼ਬੂਰੀ ਕਰਕੇ ਫਟ ਗਈ ਸੀ, ਉਹ ਲੱਕੜ ਵੱਜ ਗਈ ਸੀ ਉਹਦੇ ਵਿੱਚ, ਇਸ ਕਰਕੇ ਅਸੀਂ ਤੁਰਤ ਪੈਰ ਜਿਹੜੀ ਜਾਲੀ ਲਾਈ ਉਹ ਥੋੜ੍ਹੀ ਮੋਟੀ ਲਾਤੀ। ਇਹਦੇ ਤੋਂ ਸਿਰਫ 1 ਨੰਬਰ ਛੋਟੀ ਜਿਹੜੀ ਜਾਲੀ ਤੁਸੀਂ ਲਾ ਦੇਣੀ, ਨਾ ਜਾਲੀ ਦੇ ਛੇਤਾ ਜ਼ਿਆਦਾ ਕੱਪੜਾ ਮਾਰਨ ਦੀ ਲੋੜ, ਔਰ ਜਿਸ ਟਾਈਮ 5 ਮਿੰਟ ਵੀ ਇੰਜਨ ਨੂੰ ਸਾਹ ਮਿਲ ਗਿਆ ਦਾਣੇ ਕੱਢ ਦੀ ਵਾਰੀ, ਨਾਲੋਂ ਨਾਲ ਇੰਜਨ 80 'ਤੇ ਆ ਜਾਣਾ ਹੈ। ਹੁਣ ਬਾਈ ਤੁਹਾਡੇ ਸਾਹਮਣੇ ਦੇਖ ਰਗੜ ਕੇ ਵੱਢ ਵੀ ਰਿਹਾ ਹੈ, ਔਰ ਨਾੜ ਵੀ ਤੁਹਾਨੂੰ ਦਿਖਾ ਦੇਣੀ ਬਿਲਕੁਲ ਗਿੱਲਾ ਹੈਗਾ ਹੈ, ਔਰ ਹੁਣ ਇੰਜਨ ਵੀ ਤੁਹਾਨੂੰ ਦਿਖਾ ਦੇਣੀ ਵੀ ਕਿੰਨੇ 'ਤੇ ਹੈਗਾ ਹੈ। ਹੁਣ ਦਿਖਾਉਂਦੇ ਹਾਂ ਲਾਈਵ, ਬੜਾ ਬਾਈ ਕੈਮਰਾ ਬਾਈ ਦਿਖਾ ਦੇ, ਮੈਂ ਜਾਣਾ ਮਰ ਗਿਆ ਦਿਖਾ ਕੇ ਆਉਂਦਾ। ਆਪਣਾ ਵੀਡੀਓ ਬਣਾਉਣ ਦਾ ਮਕਸਦ ਹੈ ਹੀ ਹੈ ਬਾਈਆਂ ਦੇ ਕੰਮ ਬਣਨ, ਨਜ਼ਾਰੇ ਲੈਣ, ਔਰ ਯਾਦ ਕਰਨ ਮਰਦੇ ਦਮ ਤੱਕ ਵੀ ਵਾਕਿਆ ਦੇਬੂ ਫੋਰਮੈਨ ਬਾਈ ਸੀ, ਔਰ ਜਿਹੋ ਜਿਹੇ ਕੰਮ ਉਹਨੇ ਦੱਸੇ ਨੇ ਨਜ਼ਾਰੇ ਬੰਨੇ ਪੈਣੇ। ਸੋ ਇੱਦਾਂ ਦੀ ਵੀਡੀਓ ਬਣਾਇਆ ਕਰੋ, ਐਵੇਂ ਨਾ ਦੱਸਿਆ ਕਰੋ ਮਸ਼ੀਨਾਂ ਚੱਲ ਰਹੀਆਂ ਨੇ ਐਵੇਂ ਫਾਲਤੂ ਦੀਆਂ, ਕੋਈ ਫਾਇਦਾ ਨਹੀਂ। ਔਰ ਤੁਸੀਂ ਦੇਖ ਲਓ ਨਾੜ ਦੇਖ ਲਓ ਬਾਈ, ਤੁਹਾਨੂੰ ਬਿਲਕੁਲ ਨਜ਼ਰ ਆਉਂਦਾ ਹੋਣਾ ਹੈ, ਇਹ ਦੇਖੋ ਤੁਸੀਂ ਹਰਾ ਨਾੜ ਦੇਖ ਰਹੇ ਹੋ ਬਿਲਕੁਲ ਤੁਸੀਂ, ਔਰ ਡਿੱਗੀ ਹੋਈ ਕਣਕ ਬਿਲਕੁਲ ਦੇਖ ਰਹੇ ਹੋ, ਵਢਾਈ ਦੇਖ ਲਓ, ਔਰ ਬੱਲੀ ਦੇ ਵਿੱਚ ਕੋਈ ਦਾਣਾ ਦੀ ਸ਼ਿਕਾਇਤ ਦੱਸ ਦਿਓ, ਦਾਣਾ ਦੇਖ ਲਓ ਥੱਲੇ ਬਾਈ ਜੀ ਲਾਈਵ ਦਿਖਾ ਰਹੇ ਆਪਾਂ ਬਾਈਆਂ ਨੂੰ, ਇਹ ਦੇਖੋ ਪਰਮਾਤਮਾ ਦੀ ਮਿਹਰ ਹੈ, ਦਾਣੇ ਦੇਖ ਲਓ ਬਾਈ, ਔਰ ਵਢਾਈ ਵੀ ਤੁਸੀਂ ਦੇਖ ਸਕਦੇ ਹੋ, ਦੇਖ 3-4 ਇੰਚ ਕੀਤੀ ਹੋਈ ਜੀ ਬਿਲਕੁਲ, ਔਰ ਹੁਣ ਤੁਹਾਨੂੰ ਦਿਖਾ ਦਿੰਦੇ ਇਹਦਾ ਇੰਜਨ, ਵਢਾਈ ਵੀ ਦੇਖ ਲਓ ਐਨ ਬਿਲਕੁਲ ਰਗੜ ਦੇ ਕੇ ਕਰ ਰਿਹਾ ਹੈ, ਦਾਣਿਆਂ ਦੀ ਸਫਾਈ ਵੀ ਬਾਹਰ ਆ ਰਿਹਾ ਮੇਰੇ ਵੱਲ ਤਾਂ ਕਰਕੇ ਹੁਣ ਤੁਹਾਨੂੰ ਦਿਖਾ ਦੇਣਾ ਇੱਕ ਵਾਰੀ ਇੰਜਨ। ਉਹ ਬੈਠੇ ਤਰਲੋਕਾ ਡਰਾਈਵਰ, ਲਾਈਵ ਦਿਖਾਉਣਾ ਚਾਹੀਦਾ ਬੰਦੇ ਨੂੰ, ਦੇਖੋ ਕਿੰਨੇ ਦੇ, ਔਰ ਐਲ ਪ੍ਰੈਸ਼ਰ ਦੇਖੋ,
ਦੇਖ ਰਹੇ ਹੋ, ਔਰ ਜਾਲੀ ਤੁਹਾਨੂੰ ਦਿਖਾ ਦਿੰਦੇ ਹਾਂ। ਜਾਲੀ ਥੋੜ੍ਹੀ ਜਿਹੀ ਦੂਰ ਹੈ ਯਾਰ, ਇਸ ਕਰਕੇ ਨਾ ਮੈਂ ਵੀਡੀਓ ਦੇ ਵਿੱਚ ਇੱਕ ਦੋ ਵੀਡੀਓ ਦੇ ਵਿੱਚ ਮੈਂ ਦੱਸਦੀਆਂ ਨੇ, ਫਿਰ ਬਹੁਤ ਘੱਟ ਚੌਕ ਹੁੰਦੀ ਮੈਂ ਉੱਥੇ ਜਾਲੀ ਲੱਗੀ ਹੋਈ ਹੈ। ਔਰ ਇੰਜਨ ਕੰਮ ਬੁਲਾ ਕੇ ਰੱਖਦਾ ਬਾਈ ਜੀ, ਇੰਜਨ ਸ਼ਰਮਾ ਵਾਲਾ ਐਨ ਬਾਬਣ ਜਾ ਰਿਹਾ ਦੇਰੀ ਬਾਈ। ਔਰ ਬਾਕੀ ਬਾਈ ਜੀ ਇੱਦਾਂ ਦੀ ਸੈਟਿੰਗ ਕਰਵਾਉਣੀ ਹੋਵੇ ਸੋ ਬਾਈ ਆਪਣੇ ਨਾਲ ਸੰਪਰਕ ਕਰ ਸਕਦਾ। ਬਾਕੀ ਬਾਈ ਜੀ ਡਰਾਈਵਰ 'ਤੇ ਵੀ ਡਿਪੈਂਡ ਕਰਦਾ ਵੀ ਡਰਾਈਵਰ ਕਿਹੋ ਜਿਹਾ ਹੈਗਾ, ਕਈ ਵਾਰੀ ਢਿੱਲੇ ਬੰਦੇ ਵੀ ਟੱਕਰ ਜਾਂਦੇ ਨੇ। ਔਰ ਡਰਾਈਵਰ 'ਤੇ ਵੀ ਡਿਪੈਂਡ ਕਰਦਾ ਬਾਈ ਜੀ, ਉਹਦੀ ਵਢਾਈ 'ਤੇ, ਹੱਥ ਦੀ ਸਫਾਈ 'ਤੇ। ਤੁਸੀਂ ਦੇਖ ਰਹੇ ਹੋ ਬਿਲਕੁਲ ਉੱਨੀ ਚੱਲ ਰਹੀ ਢਵਾਣੇ ਵਾਲਿਆਂ ਦੀ। ਸੋ ਕਈ ਕਈ ਜਗ੍ਹਾ 'ਤੇ ਬਾਈ ਕਈ ਚੱਲ ਜਾਂਦੇ ਨੇ, ਮਸ਼ੀਨਾਂ ਬਦਨਾਮ ਕਰਾਈ ਜਾਂਦੇ ਨੇ, ਯਾਰ ਉਹ ਨਹੀਂ ਚੱਲੀ, ਫਲਾਣਾ ਨਹੀਂ ਚੱਲੀ। ਇਹ ਤੁਸੀਂ ਦੇਖ ਰਹੇ ਹੋ ਵਢਾਈ 'ਚ ਵੀ ਉਹ ਡਿੱਗੀ ਹੋਈ ਕਣਕ ਬਾਈ ਜੀ, ਬਿਲਕੁਲ ਚਲਾ ਲਿਆ ਆਪਣਾ ਤਰਲੋਕ ਛੋਟਾ ਭਰਾ। ਕਿਵੇਂ ਸਤਪਾਲ ਆ ਰਿਹਾ ਬਾਈ ਨਜ਼ਾਰਾ? ਮੈਂ ਪਰਮਾਤਮਾ ਇਵੇਂ ਨਜ਼ਾਰਾ ਦਵਾਈ ਰੱਖੇ, ਇਵੇਂ ਆਪਣੀ ਬਣਾਈ ਰੱਖੇ। ਸੋ ਬਾਈ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ, ਕਿਉਂਕਿ ਬਾਈ ਜੀ ਚੰਗੀ ਚੀਜ਼ਾਂ ਦੀ ਜਿਹੜੀ ਕਦਰ ਹੈ ਉਹ ਬਹੁਤ ਘੱਟ ਪੈਂਦੀ ਔਰ ਬਹੁਤ ਦੇਰ ਬਾਅਦ ਸਮਝ ਆਉਂਦੀ। ਉਸ ਟਾਈਮ ਤੱਕ ਬੰਦਾ ਕਿੱਥੇ ਦਾ ਕਿੱਥੇ ਹੋ ਜਾਂਦਾ ਹੈ। ਸੋ ਟਾਈਮ ਨਾ ਲੰਘ ਜਾਵੇ, ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ, ਸੋ ਸਾਡੀ ਯਾਦਗਿਰੀ ਬਣੀ ਰਹੇਗੀ। ਧੰਨਵਾਦ ਬਾਈ, ਮਿਲਦੇ ਹਾਂ ਅਗਲੇ ਬਲੌਗ 'ਚ ਤੁਹਾਨੂੰ। ਔਰ ਇਹ ਚਮਨ ਬਾਈ ਦਾ ਖੇਤ ਸੀ, ਕਦੋਂ ਵੱਢਦੇ ਸੀ, ਅੱਜ ਬਾਈ ਹੋਰ ਕਿਸੇ ਨੇ ਠੇਕੇ 'ਤੇ ਲਿਆ ਹੋਇਆ। ਧੰਨਵਾਦ।